ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਦੁਨੀਆ ਭਰ ਵਿੱਚ ਕਹਿਰ ਮਚਾਇਆ ਹੋਇਆ ਹੈ ਇਸ ਜਾਨਲੇਵਾ ਮਹਾਮਾਰੀ ਨੇ ਹੁਣ ਤੱਕ ਕਈ ਲੋਕਾਂ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਭਾਰਤ 'ਚ ਵੀ ਇਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਸੂਬੇ ਝਾਰਖੰਡ ਵਿੱਚ ਕੋਰੋਨਾ ਵਾਇਰਸ ਨੇ ਇੱਕ ਹੱਸਦੇ ਖੇਡਦੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਕੋਰੋਨਾ ਵਾਇਰਸ ਕਾਰਨ ਇੱਥੇ ਇੱਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਇਹ ਦੇਸ਼ ਦਾ ਪਹਿਲਾ ਅਜਿਹਾ ਮਨਹੂਸ ਮਾਮਲਾ ਹੈ ਜਿੱਥੇ ਕੋਰੋਨਾ ਨੇ ਪੂਰਾ ਪਰਿਵਾਰ ਹੀ ਖਤਮ ਕਰ ਦਿੱਤਾ ਇਸ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਮਾਂ ਦੀ ਕੋਰੋਨਾ ਨਾਲ ਮੌਤ ਹੋਈ ਫਿਰ ਉਸ ਦੀ ਅਰਥੀ ਨੂੰ ਮੋਢਾ ਦੇਣ ਵਾਲੇ 5 ਪੁੱਤਰਾਂ ਦੀ ਇੱਕ ਇੱਕ ਕਰਕੇ ਮੌਤ ਹੋ ਗਈ ਉੱਥੇ ਹੀ ਹੁਣ ਬੀਬੀ ਦੇ 6ਵੇਂ ਪੁੱਤਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਕੋਰੋਨਾ ਨੇ 15 ਦਿਨਾਂ ਵਿੱਚ ਹੀ ਪਰਿਵਾਰ 'ਚ 6 ਲੋਕਾਂ ਦੀ ਜਾਨ ਲੈ ਲਈ ਮਾਮਲਾ ਧਨਬਾਦ ਦੇ ਕਤਰਾਸ ਇਲਾਕੇ ਦੇ ਰਾਣੀ ਬਾਜ਼ਾਰ ਦਾ ਹੈ ਇੱਥੇ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਸੋਮਵਾਰ ਨੂੰ ਕੋਰੋਨਾ ਨਾਲ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ 4 ਜੁਲਾਈ ਨੂੰ ਸਭ ਤੋਂ ਪਹਿਲਾਂ 88 ਸਾਲ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਜਾਂਚ 'ਚ ਪਤਾ ਲੱਗਾ ਕਿ ਉਹ ਕੋਰੋਨਾ ਪੋਜ਼ਿਟਿਵ ਸੀ ਉਸ ਤੋਂ ਬਾਅਦ ਉਸਦੇ ਇੱਕ ਪੁੱਤਰ ਦੀ ਮੌਤ ਰਾਂਚੀ ਦੇ ਸਥਿਤ ਕੋਵਿਡ ਹਸਪਤਾਲ ਵਿੱਚ ਹੋਈ ਕੁਝ ਦਿਨਾਂ ਬਾਅਦ ਦੂਜੇ ਪੁੱਤਰ ਦੀ ਮੌਤ ਕੇਂਦਰੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਪਰਿਵਾਰ ਤੇ ਕੋਰੋਨਾ ਦਾ ਕਹਿਰ ਇੱਥੇ ਹੀ ਨਹੀਂ ਰੁਕਿਆ ਮ੍ਰਿਤਕ ਬੀਬੀ ਦਾ ਤੀਜਾ ਪੁੱਤਰ ਧਨਬਾਦ ਦੇ ਇੱਕ ਨਿੱਜੀ ਕੁਆਰੰਟਾਈਨ ਸੈਂਟਰ ਵਿੱਚ ਦਾਖਲ ਸੀ ਉੱਥੇ ਅਚਾਨਕ ਸਿਹਤ ਵਿਗੜਨ ਕਾਰਨ ਉਸਨੇ ਦਮ ਤੋੜ ਦਿੱਤਾ 16 ਜੁਲਾਈ ਨੂੰ ਚੌਥੇ ਪੁੱਤਰ ਦਾ ਵੀ TMH ਜਮਸ਼ੇਦਪੁਰ 'ਚ ਕੈਂਸਰ ਦੀ ਬਿਮਾਰੀ ਦੇ ਇਲਾਜ ਦੌਰਾਨ ਦੇਹਾਂਤ ਹੋ ਗਿਆ 5ਵਾਂ ਪੁੱਤਰ ਵੀ ਧਨਬਾਦ ਦੇ ਕੋਵਿਡ ਹਸਪਤਾਲ 'ਚ ਰੈਫਰ ਕਰਨ ਮਗਰੋਂ ਰਾਂਚੀ ਦੇ ਰਿਮਸ 'ਚ ਦਾਖਲ ਸੀ ਜਿੱਥੇ ਸੋਮਵਾਰ ਨੂੰ ਉਸਨੇ ਵੀ ਆਖਰੀ ਸਾਹ ਲਿਆ ਇਸ ਦੇ ਨਾਲ ਕੋਰੋਨਾ ਵਾਇਰਸ ਨਾਲ ਇੱਕ ਬਜ਼ੁਰਗ ਬੀਬੀ ਅਤੇ ਉਸਦੇ 5 ਪੁੱਤਰਾਂ ਦੀ ਮੌਤ ਹੋ ਗਈ ਉੱਥੇ ਹੀ ਬੀਬੀ ਦੇ 6ਵੇਂ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਸਥਾਨਕ ਲੋਕਾਂ ਨੇ ਦੱਸਿਆ ਕਿ ਜਿੱਥੇ ਪਿਛਲੇ ਮਹੀਨੇ ਇਸ ਪਰਿਵਾਰ 'ਚ ਵਿਆਹ ਦੀ ਸ਼ਹਿਨਾਈ ਦੀ ਗੂੰਜ ਸੀ ਅਤੇ ਪੂਰਾ ਪਰਿਵਾਰ ਹੱਸ ਖੇਡ ਰਿਹਾ ਸੀ ਉੱਥੇ ਹੀ ਕੁਝ ਹੀ ਦਿਨਾਂ ਵਿੱਚ ਕੋਰੋਨਾ ਨੇ ਪੂਰਾ ਪਰਿਵਾਰ ਤਬਾਹ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ ਧੰਨਵਾਦ